ਦੋ ਪਰਸਨ ਸਿੱਖਾਂ ਨੂੰ ਖਤਮ ਕਰਨ ਦੀਆਂ ਗੱਲਾਂ ਕਰਨ ਵਾਲੇ ਸੁਧੀਰ ਸੂਰੀ ਦਾ ਖਾਤਮਾ ਇੱਕ ਬਹਾਦਰ ਨੌਜਵਾਨ ਸੰਦੀਪ ਸਿੰਘ ਨੇ ਕੀਤਾ। ਸੰਦੀਪ ਸਿੰਘ ਨੇ ਤਾਂ ਆਪਣਾ ਕੰਮ ਕਰ ਲਿਆ ਵੈ, ਹੁਣ ਪੂਰੇ ਸਿੱਖ ਪੰਥ ਨੂੰ ਚਾਹੀਦਾ ਵੈ ਕਿ ਉਹਦੀ ਫੈਮਿਲੀ ਦਾ ਮਾਲੀ ਤੌਰ 'ਤੇ ਮਦਦ ਕਰਨ, ਉਹਦੇ ਬੱਚਿਆਂ ਨੂੰ ਸੰਦੀਪ ਸਿੰਘ ਤੋਂ ਬਾਅਦ ਕਿਸੇ ਤਰ੍ਹਾਂ ਦੀ ਵੀ ਮਹਿਰੂਮੀ ਨਾ ਆਵੇ, ਕਿਸੇ ਤਰ੍ਹਾਂ ਦੀ ਮਾਲੀ ਪਰੇਸ਼ਾਨੀ ਮੁਸ਼ਕਲਾਤ ਨਾ ਆਵੇ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਸੰਦੀਪ ਸਿੰਘ ਦੀ ਜ਼ਿੰਦਗੀ ਦੇਖਾਂਗੇ ਕਿ ਉਹ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰਦਾ ਸੀ। ਸੋ ਚੱਲ ਕੇ ਵੀਡੀਓ ਦੇਖਦੇ ਹਾਂ। ਇਸ ਤੋਂ ਪਹਿਲੇ ਜਿਨ੍ਹਾਂ ਦੋਸਤਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ। ਸੋ ਚੱਲ ਕੇ ਵੀਡੀਓ ਦੇਖਦੇ ਨੇ, ਗੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਡੇ ਚੈਨਲ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ। ਗਾਇਸ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੱਲ ਸ਼ਿਵ ਸੈਨਾ ਦੇ ਲੀਡਰ ਸੁਧੀਰ ਸੂਰੀ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ, ਤੇ ਇਹ ਉਹ ਸਿੰਘ ਹੈ ਜਿਸ ਨੇ ਸੂਰੀ ਨੂੰ ਗੱਡੀ ਚਾੜਿਆ ਹੈ, ਤੇ ਇਸ ਸਿੰਘ ਸੰਦੀਪ ਸਿੰਘ ਰਾਮਗੜੀਆ ਦੀਆਂ ਕੁਝ ਵੀਡੀਓ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਛੇਰ ਗਰਜ ਮਾਰਦਾ ਨਾ ਗਿੱਦੜ, ਉਦੋਂ ਆਪਣੇ ਆਪ ਘੁਰਨੇ ਚ ਲੁਕ ਜਾਂਦੇ ਆ। ਬਿਲਕੁਲ ਨੌਜਵਾਨ, ਦਲੇਰ, ਕੋਈ ਖੌਫ ਨਹੀਂ ਦੇਖਾਂ ਵਿੱਚ, ਕਿੰਨਾ ਕੌਨਫੀਡੈਂਸ। ਸਿੱਖੀ ਦੇ ਨਾਲ ਮੁਹੱਬਤ ਦੇਖੋ, ਤਿਰੰਗਾ ਝੰਡਾ ਲਹਿਰਾ ਰਿਹਾ ਹੈ ਆਪਣੀ। ਸਿੱਖੀ ਦੇ ਨਾਲ ਮੁਹੱਬਤ ਦੇਖੋ ਕਿ ਉਹ ਤਿਰੰਗਾ ਝੰਡਾ ਨਹੀਂ ਲਹਿਰਾ ਰਿਹਾ, ਬਲਕਿ ਉਹ ਆਪਣੀ ਛੱਤ 'ਤੇ ਜਿਹੜੇ ਖਾਲਸੇ ਦਾ ਹੈਗਾ ਹੈ ਉਹ ਲਹਿਰਾ ਰਿਹਾ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਣਾ। ਹੋਰ ਨਵੀਆਂ ਅਤੇ ਤਾਜ਼ਾ ਅਪਡੇਟਸ ਲੈਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ। ਸੁਧੀਰ ਸੂਰੀ ਦੋਸਤੋ ਸਿੱਖ ਪੰਥ ਦੇ ਖਾਤਮੇ ਦੀਆਂ ਗੱਲਾਂ ਕਰਦਾ ਸੀ, ਕਹਿੰਦਾ ਸੀ ਕਿ ਦੋ ਪਰਸਨ ਸਿੱਖ ਹੈ, ਇਹਨਾਂ ਨੂੰ ਤਾਂ ਮੈਂ ਚੁਟਕੀ ਨਾਲ ਮਸਲ ਕੇ ਰੱਖ ਦਿਆਂਗਾ। ਸਿੱਖਾਂ ਦੇ ਬਾਰੇ ਬੜੀ ਹੀ ਘਟੀਆ ਸ਼ਬਦ ਇਸਤੇਮਾਲ ਕਰਦਾ ਸੀ। ਇਹ ਉਹਦੀ ਕਰਨੀ ਸੀ ਕਿ ਇੱਕ ਬਹਾਦਰ ਨੌਜਵਾਨ ਸੰਦੀਪ ਸਿੰਘ ਨੇ ਉਹਨੂੰ ਗੱਡੀ ਚਾੜਿਆ, ਉਹਦਾ ਜਿਹੜੇ ਪਾਪ ਸੀ ਉਹਨਾਂ ਦਾ ਖਾਤਮਾ ਕੀਤਾ। ਸੰਦੀਪ ਸਿੰਘ ਨੇ ਤਾਂ ਆਪਣਾ ਕੰਮ ਕਰਤਾ ਵੈ, ਇੱਕ ਜਿਹੜਾ ਸਿੱਖੀ ਦਾ ਬੜਾ ਵੱਡਾ ਦੁਸ਼ਮਣ ਸੀ ਉਹਦਾ ਖਾਤਮਾ ਕਰਤਾ ਵੈ। ਹੁਣ ਬਾਕੀ ਸਿੱਖਾਂ ਨੂੰ ਵੀ ਇਹ ਚਾਹੀਦਾ ਵੈ ਕਿ ਸੰਦੀਪ ਸਿੰਘ ਦੀ ਫੈਮਿਲੀ ਵਾਸਤੇ ਕੁਛ ਕਰਨ, ਉਹਦੀ ਫੈਮਿਲੀ ਦਾ ਪੂਰਾ ਧਿਆਨ ਰੱਖਣ, ਕਿਉਂਕਿ ਉਹ ਸਿੱਖ ਪੰਥ ਦਾ ਹੀਰੋ ਹੈ। ਉਹਦੇ ਬੱਚਿਆਂ ਦੀ ਪੜ੍ਹਾਈ ਦਾ, ਉਹਦੀ ਜਿਹੜੀ ਵਾਈਫ ਹੈ ਉਹਦੇ ਅਖਰਾਜਾਤ ਦਾ, ਹਰ ਤਰ੍ਹਾਂ ਦਾ ਉਹਦਾ ਖਿਆਲ ਰੱਖਿਆ ਜਾਵੇ। ਸਿੱਖੀ ਦੇ ਵਿੱਚ ਬੜੇ ਬੜੇ ਅਮੀਰ ਲੋਕ ਹੈ, ਬਾਹਰ ਦੇ ਮੁਲਕਾਂ ਵਿੱਚ ਬੈਠੇ ਆ, ਜਿਹੜੇ ਨੌਕਰੀਆਂ ਕਰ ਰਹੇ ਆ। ਜਿਹੜਾ ਕੋਈ $100 ਅਗਰ ਦੇ ਦੇਗਾ ਤਾਂ ਉਹਦੀ ਸਿਹਤ 'ਤੇ ਕੋਈ ਫਰਕ ਨਹੀਂ ਪਏਗਾ। ਅਗਰ ਸਾਰੇ ਸਿੱਖ ਮਿਲ ਕੇ ਉਹਦੀ ਵਾਈਫ ਜਿਹੜੀ ਹੈ ਉਹਦਾ ਕੋਈ ਅਕਾਊਂਟ ਦੇ ਵਿੱਚ ਜਾਂ ਉਹਨੂੰ ਕਿਸੇ ਤਰੀਕੇ ਨਾਲ ਪੈਸੇ ਭੇਜਣ, ਤਾਂ ਕਿ ਉਹਨੂੰ ਬਾਅਦ ਦੀ ਉਹਦੀ ਜ਼ਿੰਦਗੀ ਦੀ ਮੁਸ਼ਕਲਾਂ ਦੇ ਨਾਲ ਨਾ ਗੁਜ਼ਰੇ, ਉਹਨੂੰ ਇਹ ਅਹਿਸਾਸ ਨਾ ਹੋਵੇ ਕਿ ਮੇਰਾ ਜਿਹੜਾ ਹਸਬੈਂਡ ਹੈ ਉਹਨੇ ਕੰਮ ਕਰਕੇ ਅਤੇ ਅਸੀਂ ਫਸ ਗਏ, ਅਸੀਂ ਮੁਸੀਬਤ ਵਿੱਚ ਫਸ ਗਏ ਹਾਂ। ਉਹਦੇ ਬੱਚੇ ਜਿਹੜੇ ਹੈ ਉਹ ਬਿਲਕੁਲ ਕੋਈ ਜ਼ਿੰਦਗੀ ਇਸ ਤਰ੍ਹਾਂ ਦੀ ਬੇਚਾਰਗੀ ਦੀ ਜਾਂ ਖੁਆਇਸ਼ਾਂ ਨੂੰ ਨਾ ਤਰਸਣ, ਬਲਕਿ ਉਹਨਾਂ ਨੂੰ ਫਖਰ ਹੋਣਾ ਚਾਹੀਦਾ ਹੋਵੇ ਕਿ ਜਿਹੜੇ ਸਿੱਖ ਹੈ ਉਹ ਸਾਡੇ ਨਾਲ ਪੂਰਾ ਸਿੱਖ ਪੰਥ ਖੜਾ ਹੈ, ਅਤੇ ਉਹਨਾਂ ਨੂੰ ਕਿਸੇ ਕਿਸਮ ਦਾ ਵੀ ਕੋਈ ਮਹਿਰੂਮੀ ਨਾ ਮਹਿਸੂਸ ਹੋਵੇ। ਕਮੈਂਟ ਕਰਕੇ ਮੈਨੂੰ ਆਪਣੀ ਰਾਏ ਤੋਂ ਲਾਜ਼ਮੀ ਕਰਨਾ ਕਿ ਤੁਹਾਨੂੰ ਮੇਰੀ ਇਹ ਸੁਜੈਸ਼ਨ ਕਿਸ ਤਰ੍ਹਾਂ ਦੀ ਲੱਗੀ।